ਮੂੰਹ ਕਰ ਗਿਆ ਤੇ ਅੱਲਾ ਜਾਣੇ ਤੇਰੀ ਕਿਵੇਂ ਪੈ ਨਿਭਦੀ ਉਸ ਬਾਬਾ ਚਿੱਟੀ ਦਾੜੀ ਵਾਲਾ ਮੋਮਿਨ ਸੋਹਣਾ ਬੈਠਾ ਰਹਿੰਦਾ ਹੁਣ ਮੇਰਾ ਇਮਾਮ ਅੱਖੀ ਪੂਜ ਕੇ ਫਰਮਾਇੰਦੇ ਨੇ ਫਕੀਰ ਕੋਈ ਮਦੀਨੇ ਦਾ ਹਾਲ ਸੁਣਾ ਥੱਕ ਗਏ ਹੋ ਕੋਈ ਮਦੀਨੇ ਦਾ ਢਾ ਮਾਰ ਕੇ ਆਦੇ ਮੁਸਾਫਿਰ ਸਰਦਾਰ ਕਿਹੜੇ ਹਾਲ ਦੱਸਾਂ ਜਿੱਦਾਂ ਦਾ ਹੁਸੈਨ ਵਤਨ ਛੋੜੇ ਮਦੀਨਾ ਬਰਬਾਦ ਮੇਰਾ ਇਮਾਮ ਫਰਮਾਇੰਦਾ ਕੋਈ ਕਬਰਾਂ 'ਤੇ ਡੀਵੇ ਹੀ ਪਲੈਂਦਾ ਜੇ ਕੋਈ ਨਾ ਫਕੀਰਾਂ ਦਾ ਇੱਕ ਬਿਮਾਰ ਧੀ ਘਰ ਚੁਕਾ ਗਿਆ ਹਰ ਸ਼ਾਮ ਆਦੀ ਮਜ਼ਾਰ ਰਸੂਲ 'ਤੇ ਡੀਵਾ ਬਲੈਂਦੀ ਵਤ ਮਜ਼ਾਰ ਨੂੰ ਗੱਲ ਲਾ ਲਾ ਕੇ ਆਦੀ ਨਾਨਾ ਔਖੀ ਵਧੀ ਗੁਜ਼ਰੇਂਦੀਆਂ ਮੈਂ ਸਦਕੇ ਹੋ ਜਾਵਾਂ ਰਾਜ ਨੂੰ ਨੇ ਫਰਮਾਇੰਦੇ ਨੇ ਕੋਈ ਉਸ ਬਿਮਾਰ ਦਾ ਹਾਲ ਕੰਨਾਂ ਨੂੰ ਹੱਥ ਲਾ ਕੇ ਦੇ ਮੇਰੀ ਕਿ ਜ਼ੁਰਤ ਮੇਰੀ ਕਿ ਤਾਕਤ ਜੋ ਮੈਂ ਉਹਨਾਂ ਘਰਾਂ ਦੇ ਹਾਲ ਦੱਸਾਂ ਜਿਹਨਾਂ ਘਰਾਂ ਤੋਂ ਪੱਖੀ ਪਰਵਾਜ਼ ਨਹੀਂ ਕਰਦੇ ਜੇ ਮੁਸਾਫਿਰ ਸਰਦਾਰ ਕੁਝ ਪੁੱਛਣਾ ਚਾਹੁੰਦਾ ਹੈ ਇਹ ਮੇਰੀ 4 ਸਾਲ ਦੀ ਧੀ ਇਹ ਜਿਹੜੀ ਤੁਹਾਡੇ ਘੋੜੇ 'ਤੇ ਸਵਾਰ ਇਹ ਗਈ ਆਈ ਸ਼ਹੀਦਾਂ ਦੇ ਘਰ ਥੱਕ ਗਏ ਹੋ ਸਕਦਾ ਹੈ ਬਿਮਾਰ ਕੋਈ ਇਸ ਨਾਲ ਗੱਲਾਂ ਕੀਤੀਆਂ ਹੋਵੇ ਤੁਸੀਂ ਆਪ ਸੁਣ ਲਓ ਅਤੇ ਪੁੱਛ ਲਓ ਹੁਣ ਮੇਰੇ ਇਮਾਮ ਫਕੀਰ ਦੀ ਸੰਗਤ ਛੋੜੀ ਘੋੜੇ ਦੇ ਕਰੀਬ ਆਏ ਤੁਰ ਤੁਰ ਡਿੱਠਾ ਇਸ ਗਰੀਬ ਦੀ ਧੀ ਦਾ ਚਿਹਰਾ ਫਕੀਰ ਦੀ ਧੀ ਆਦੀ ਹੈ ਮੁਸਾਫਿਰ ਸਰਦਾਰ ਕੁਝ ਮੰਗਦਾ ਹੈ ਸੈਯਦਾ ਦੇ ਮਦੀਨੇ ਗਈਆਂ ਹੈ ਆਦੀ ਹਾਂ ਸਰਦਾਰ ਗਈਆਂ ਹੈ ਸੈਯਦਾ ਦੇ ਸ਼ਹੀਦਾਂ ਦੇ ਵਿਹੜੇ ਆਦੀ ਇਹ ਗਈਆਂ ਹੈ ਸੈਯਦਾ ਦੇ ਕੋਈ ਬਿਮਾਰ ਨਾਲ ਗੱਲਾਂ ਆਦੀ ਮੈਂ ਨਾ ਦੱਸਾ ਸਕਦੀ ਸੈਯਦਾ ਦੇ ਜਲਦੀ ਦੱਸਾਂ ਮੇਰਾ ਜਿਗਰ ਫਟਦਾ ਹੈ ਫਕੀਰ ਦੀ ਧੀ ਆਦੀ ਮੈਂ ਮਜਬੂਰ ਹਾਂ ਆਖੇ ਤਾਂ ਮੈਂ ਤੇਰੇ ਘੋੜੇ ਤੂੰ ਲਹਿਆ ਨਹੀਂ ਮੈਂ ਮਜਬੂਰ ਹਾਂ ਤੂੰ ਗੈਰ ਮਾਰਾ ਮੈਂ ਔਲਾਦ ਦੀ ਸੈਯਦਾ ਦੀ ਮੈਂ ਮਜਬੂਰ ਹਾਂ ਤੂੰ ਗੈਰ ਮਾਰਾ ਮੈਂ ਉਹ ਗਾਜ਼ੀ ਦੀ ਫਤਰੀ ਸਪੀਕਰ ਜੀ ਨਹੀਂ ਹੋਇਆ ਮੈਂ ਕੀ ਪੜ੍ਹਾਂ ਸੈਯਦਾ ਲੈ ਮੈਨੂੰ ਜਲਦੀ ਦੱਸਾਂ ਮੇਰਾ ਜਿਗਰ ਫਟਦਾ ਹੈ ਰੋ ਕੇ ਆਦੀ ਤੂੰ ਜੋ ਬਾਰ ਬਾਰ ਪੁੱਛਦਾ ਹੈ ਦੱਸਾਂ ਤੂੰ ਕੋਈ ਹੁਸੈਨ ਹੈ ਸੈਯਦਾ ਲੈ ਹਾਂ ਬਿਮਾਰ ਦਾ ਬਾਬਾ ਮੈਂ ਹਾਂ ਘੋੜੇ ਤੂੰ ਜੱਗ ਮਾਰੇ ਸੱਤ ਜੋੜ